ਅਣ ਰਾਜਾ ਵੜਿੰਗ ਦੀ ਸ਼ਿਕਾਇਤ ਤੇ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਕੈਪਟਨ ਮਿਰਿੰਦਰ ਸਿੰਘ ਭਾਜਪਾ ਚ ਉਹਨਾਂ ਦੀ ਘਰ ਵਾਲੀ ਕਾਂਗਰਸ ਐਮਪੀ ਆ। ਭਾਜਪਾ ਦਾ ਤੇ ਝੰਡਾ ਕੈਪਟਨ ਦੇ ਘਰ ਦੇ ਵਿੱਚ ਵੀ ਲੜਾ ਰਿਹਾ ਹੈਗਾ। ਫਤਿਹ ਜੈ ਸਿੰਘ ਬਾਜਵਾ ਉਹ ਭਾਜਪਾ ਦੇ ਨੇ। ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਝੰਡਾ ਤੇ ਉਹਨਾਂ ਦੇ ਘਰ ਵੀ ਭਾਜਪਾ ਦਾ ਲੜਾ ਰਿਆ। ਤੇ ਫਿਰ ਸਿਰਫ ਸੰਦੀਪ ਜਾਖੜ ਦੇ ਖਿਲਾਫ ਕਾਰਵਾਈ ਕਿਉਂ? ਇਹ ਤੁਹਾਨੂੰ ਪੰਜਾਬ ਚ ਐਮਐਲਏ ਨਹੀਂ ਚਾਹੀਦਾ। ਇਹ ਤੁਹਾਨੂੰ ਐਮਪੀ ਪ੍ਰਨੀਤ ਕੌਰ ਜ्यादा ਚੰਗੇ ਨੇ ਪਟਿਆਲਾ ਪਰਿਵਾਰ ਜਾਂ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਗਾਂਧੀ ਪਰਿਵਾਰ ਦੇ ਨੇੜੇ ਨੇ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਲੱਗਦਾ ਕਿ ਵੱਡੇ ਕੱਦ ਦੇ ਲੀਡਰ ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਉਹਦੇ ਕਾਂਗਰਸ ਪਾਰਟੀ ਨੂੰ ਇਸ ਟਾਈਮ ਪਾਰਟੀ ਦੇ ਵਰਕਰਾਂ ਦੀ ਤੇ ਐਮਐਲਏ ਦੀ ਜ਼ਰੂਰਤ ਨਹੀਂ ਹੈ ਸੰਦੀਪ ਜਾਖੜ ਦਾ ਕੀ ਹੈ ਕਿ ਉਹਨਾਂ ਦਾ ਪਰਿਵਾਰ ਇਕੱਠਾ ਜਿਵੇਂ ਬਾਜਵਾ ਸਾਹਿਬ ਦਾ ਪਰਿਵਾਰ ਇਕੱਠਾ ਉਹਨਾਂ ਦੀ ਜਿਹੜੀ ਕਾਧੀਆਂ ਕੋਠੀਆਂ ਇੱਕ ਪਾਸੇ ਕਾਂਗਰਸ ਦਾ ਝੰਡਾ ਇੱਕ ਪਾਸੇ ਬੀਜੇਪੀ ਦਾ ਝੰਡਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ਤੇ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਕਾਂਗਰਸ ਪਾਰਟੀ ਚੋਂ ਸਸਪੈਂਡ ਕੀਤਾ ਗਿਆ ਇਹ ਤਲਖੀ ਇੱਥੋਂ ਤੱਕ ਕਿਉਂ ਪਹੁੰਚੀ ਹੈ ਇਸ ਦੇ ਬਾਰੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਪਹਿਲਾਂ ਤਾਂ ਇਹੀ ਚਰਚਾਵਾਂ ਚੱਲ ਰਹੀਆਂ ਸੀ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਹੋ ਰਹੀ ਸੀ ਅਮਰਿੰਦਰ ਸਿੰਘ ਰਾਜਾ ਵਿੰਗ ਪ੍ਰਧਾਨ ਨੇ ਕਿਹਾ ਕਿ ਆਪਦੇ ਭਤੀਜੇ ਦੇ ਬਾਰੇ ਸੁਨੀਲ ਜਾਖੜ ਦੇ ذریعے ਬਿਆਨਬਾਜ਼ੀ ਕੀਤੀ ਫਿਰ ਉਧਰੋਂ ਕਾਰਵਾਈ ਹੋ ਗਈ ਇੱਕ ਦੂਜੇ ਤੇ ਬਿਆਨਬਾਜ਼ੀ ਸਮਝੌਤੇ ਦੀਆਂ ਗੱਲਾਂ ਤੇ ਹੁਣ ਇੱਥੋਂ ਤੱਕ ਕਾਰਵਾਈ ਪੁੱਜੀ ਹੈ ਕਿ ਸਸਪੈਂਡ ਕਰ ਦਿੱਤਾ ਗਿਆ ਪਾਰਟੀ 'ਚ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਤਿੰਨ ਨੇ ਸਵਾਲ ਕੈਪਟਨ ਮਿਰਿੰਦਰ ਸਿੰਘ ਭਾਜਪਾ 'ਚ ਉਹਨਾਂ ਦੀ ਘਰ ਵਾਲੀ ਕਾਂਗਰਸ ਐਮਪੀਆ ਭਾਜਪਾ ਦੇ ਉੱਤੇ ਝੰਡਾ ਕੈਪਟਨ ਦੇ ਘਰ ਦੇ ਵਿੱਚ ਵੀ ਲਹਿਰਾ ਰਿਹਾ ਹੈਗਾ ਫਤੇਜ ਸਿੰਘ ਬਾਜਵਾ ਉਹ ਭਾਜੀਪੀ ਦੇ ਨੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਝੰਡਾ ਤੇ ਉਹਨਾਂ ਦੇ ਘਰ ਵੀ ਭਾਜੀਪੀ ਦਾ ਲਹਿਰਾ ਰਿਆ ਤੇ ਫਿਰ ਸਿਰਫ ਸੰਦੀਪ ਜਾਖੜ ਦੇ ਖਿਲਾਫ ਕਾਰਵਾਈ ਕਿਉਂ ਕੀ ਤੁਹਾਨੂੰ ਪੰਜਾਬ ਚ ਐਮਐਲਏ ਨਹੀਂ ਚਾਹੀਦਾ ਕੀ ਤੁਹਾਨੂੰ ਐਮਪੀ ਪ੍ਰਨੀਤ ਕੌਰ ਜਦਾਬ ਚੰਗੇ ਨੇ ਜਾਂ ਕੀ ਅੱਜ ਵੀ ਪਟਿਆਲਾ ਪਰਿਵਾਰ ਜਾਂ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਗਾਂਧੀ ਪਰਿਵਾਰ ਦੇ ਨੇੜੇ ਨੇ ਕਿ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਲੱਗਦਾ ਕਿ ਵੱਡੇ ਕੱਦ ਦੇ ਲੀਡਰ ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਮਤਲਬ ਕਾਂਗਰਸ ਪਾਰਟੀ ਨੂੰ ਇਸ ਟਾਈਮ ਪਾਰਟੀ ਦੇ ਵਰਕਰਾਂ ਦੀ ਤੇ ਐਮਐਲਏ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਲੱਗਦਾ ਹੈ ਕਿ ਸੰਦੀਪ ਜਾਖੜ ਨੂੰ ਮਤਲ ਕਰ ਦਿੱਤਾ ਗਿਆ ਦੋਸ਼ਕੀ ਨੇ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੇ ਖਿਲਾਫ ਬੋਲ ਰਹੇ ਨੇ ਫਤੇਜੰਗ ਸਿੰਘ ਬਾਜੋ ਵੀ ਕਾਂਗਰਸ ਦੇ ਖਿਲਾਫ ਬੋਲ ਰਹੇ ਨੇ ਪ੍ਰਨੀਤ ਕੌਰ ਸ਼ਰਿਆ ਪਾਰਟੀ ਜਿਹੜੀ ਐਕਟੀਵਿਟੀ ਆ ਉਹ ਭਾਜੀਪੀ ਦੇ ਵਿੱਚ ਇਨਵੋਲਵਮੈਂਟ ਸਭ ਕੁਝ 2022 ਦੀਆਂ ਚੋਣਾਂ ਚ ਵੋਟ ਵੀ ਆਪਣੇ ਘਰ ਵਾਲੇ ਨੂੰ ਹੀ ਪਾਈ ਸੀ ਪਾਈਓ ਗਿਲ ਡੈਫੀਨਿਟ ਤੇ ਫਿਰ ਪਨੀਤ ਕੌਰ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੈਗੀ ਸਵਾਲ ਇਹ ਹੁਣ ਸੰਦੀਪ ਜਾਖੜ ਦਾ ਕੀ ਦੋਸ਼ ਹੈ ਕਿ ਉਹ ਸੁਨੀਲ ਜਾਖੜ ਦੇ ਭਤੀਜੇ ਨੇ ਜਿਹੜੇ ਕਾਂਗਰਸ ਪਾਰਟੀ 'ਚ ਚਲੇ ਗਏ ਨੇ ਸੰਦੀਪ ਜਾਖੜ ਦਾ ਕੀ ਹੈ ਕਿ ਉਹਨਾਂ ਦਾ ਪਰਿਵਾਰ ਇਕੱਠਾ ਜਿਵੇਂ ਬਾਜਵਾ ਸਾਹਿਬ ਦਾ ਪਰਿਵਾਰ ਇਕੱਠਾ ਉਹਨਾਂ ਦੀ ਜਿਹੜੀ ਕਾਦੀਆਂ ਕੋਠੀ ਆ ਇੱਕ ਪਾਸੇ ਕਾਂਗਰਸ ਦਾ ਝੰਡਾ ਇੱਕ ਪਾਸੇ ਭਾਜਪਾ ਦਾ ਝੰਡਾ ਤੇ ਜੇ ਪਰਿਵਾਰ ਦੇ ਵਿੱਚ ਸੰਦੀਪ ਜਾਖੜ ਆਪਣੇ ਚਾਚੇ ਸੁਨੀਲ ਜਾਖੜ ਨੇ ਰਹਿ ਦੇ ਦੇ ਜੋ ਗੁਨਾਹ ਕੀਆ ਇਦਾਂ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਉਹ ਕਾਂਗਰਸ ਦੇ ਵਿੱਚ ਆਮੀਨਕਾ ਗਾਂਧੀ ਤੇ ਜਿਹੜੇ ਉਹਦੇ ਵਰਨੂ ਗਾਂਧੀ ਆ ਉਹ ਭਾਜਪਾ ਚ ਨੇ ਇਹ ਤੇ ਹਰ ਕਰ ਕਰਦੀ ਕਹਾਣੀ ਆ ਇੱਥੇ ਮਨਪ੍ਰੀਤ ਜਦੋਂ ਪਹਿਲਾਂ ਪੀਪਲਜ਼ ਪਾਰਟੀ ਦੇ ਸੀ ਉਹ ਕਾਲੀ ਦਲ ਦੇ ਵਿੱਚੋਂ ਪੀਪਲਜ਼ ਪਾਰਟੀ ਫਿਰ ਉਹ ਇੱਕ ਪਾਸੇ ਕਾਲੀ ਦਲ ਦਾ ਝੰਡਾ ਲਰਾਉਂਦਾ ਇੱਕ ਪਾਸੇ ਉਹਦੇ ਚ ਝੰਡਾ ਲਰਾਉਂਦਾ ਹੈ ਕਾਂਗਰਸ ਦਾ ਤੇ ਇਸ ਕਰਕੇ ਸਵਾਲ ਹੈ ਕਿ ਕਾਂਗਰਸ ਪਾਰਟੀ ਐਸਟਮ ਇਸ ਪੋਜੀਸ਼ਨ ਤੇ ਪਹੁੰਚ ਗਈ ਕਿ ਉਹਨਾਂ ਨੂੰ ਬੰਦਿਆਂ ਦੀ ਲੋੜ ਨਹੀਂ ਹੈਗੇ ਤੁਸੀਂ ਆਪਣੇ ਬੰਦਿਆਂ ਨੂੰ ਬਾਹਰ ਕੱਢ ਰੇ ਭੀ ਜਾ ਚਲੇ ਜਾ ਇੱਥੋਂ ਤੇਰੀ ਸਾਨੂੰ ਲੋੜ ਨਹੀਂ ਹੈਗੇ ਤੇ ਤੁਹਾਡੇ ਕੋ ਰਹਿ ਵੀ ਕੀ ਗਿਆ ਕੈਪਟਨ ਅਮਰਿੰਦਰ ਸਿੰਘ ਚਲ ਗਿਆ ਸੁਨੀਲ ਜਾਖੜ ਰਹਿ ਗਏ ਬਰਬੀਰ ਸਿੰਘ ਸਿੱਧੂ ਚਲ ਗਿਆ ਡਾਕਟਰ ਰਾਜਕਮਰ ਵੀਰ ਕਾ ਚਲ ਗਿਆ ਗੁਰਪ੍ਰੀਤ ਕਾਂਗੜ ਚਲ ਗਿਆ ਕੇਵਲ ਢਿਲੋ ਚਲਾ ਗਿਆ ਜਿਹੜੇ ਉਹ ਦੂਜੇ ਨੇ ਰਾਣਾ ਗੁਰਮੀਤ ਸਿੰਘ ਸੋਢੀ ਚਲਾ ਗਿਆ ਪਦੇ ਜੰਗ ਸਿੰਘ ਬਾਜਵਾ ਚਲੇ ਗਏ ਨੇ ਉਹ ਜਿਹੜੇ ਆਪਣੇ ਬਟਾਲੇ ਤੋਂ ਅਸ਼ੁਨੀ ਛੇਖੜੀ ਉਹ ਚਲੇ ਗਿਆ ਤੁਹਾਡੇ ਕੋਲ ਰਹਿ ਕੌਣ ਗਏ ਨਹੀਂ ਸਵਾਲ ਇਹ ਵੀ ਆ ਪੰਜਾਬ ਕਾਂਗਰਸ ਤੇ ਰਾਜਾ ਵੜਿੰਗ ਦੇ ਸਾਹਮਣੇ ਹੁਣ ਤਾਂ ਦੋ ਚੁਣੌਤੀਆਂ ਹੋ ਗਏ ਇੱਕ ਤਾਂ ਬੰਦੇ ਝੜ ਰਹੇ ਆ ਗਿਣਤੀ ਘਟਦੀ ਜਾ ਰਹੀ ਹੈ ਦੂਜਾ ਆਪ ਨਾਲ ਜਿਹੜਾ ਸਮਝੌਤਾ ਹੋਇਆ ਤਾਂ ਨੇ ਮੈਨੇ ਬਹੁਤ ਸੁਣਨੇ ਪੈ ਰਿਹਾ ਕਿ ਹੁਣੇ ਚੁੱਪ ਕਰ ਜਾਣਗੇ ਹੁਣੇ ਕਿਵੇਂ ਇਕੱਠੀਆਂ ਚੋਣਾਂ ਲੜਨਗੇ ਲਈ ਲੜਨਗੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਨਾਂ ਨੂੰ ਇਸ ਮੁੱਦੇ ਤੇ ਟੀਚਰ ਕਰ ਜਾਂਦੇ ਆ ਉਹ ਤਾਂ ਬਹੁਤ ਟੀਚਰਾਂ ਕਰਦੇ ਨੇ ਉਏ ਕਾਂਗਰਸ ਪਾਰਟੀ ਦਾ ਉਹ ਹਾਲ ਹੋ ਗਏ ਨੇ ਜਿਵੇਂ ਪਿੰਡਾਂ 'ਚ ਨਹੀਂ ਕਹਿੰਦੇ ਦੇ ਮਾੜੇ ਦੀ ਜਨਾਨੀ ਸਾਰਿਆਂ ਦੀ ਭਾਬੀ ਐਸ ਟਾਈਮ ਕਾਂਗਰਸ ਪਾਰਟੀ ਭਾਬੀ ਬਣੀ ਹੋਈ ਆ ਹਰ ਕੋਈ ਟੀਚਰ ਕਰ ਜਾਂਦਾ ਹੈ ਕਿਉਂ ਟੀਚਰ ਕਰਦਾ ਕਿ ਪਾਰਟੀ ਦੀ ਲੀਡਰਸ਼ਿਪ ਹੀ ਕਮਜ਼ੋਰ ਆ ਤੁਸੀਂ ਇਹ ਤੋਂ ਚਲੋ ਜੰਮੂ ਕਸ਼ਮੀਰ ਤੋਂ ਲੈ ਕੇ ਉਹ ਕਨਿਆ ਕੁਮਾਰੀ ਤੱਕ ਪਾਰਟੀ ਕੁਲ ਰਹਿ ਕੀ ਗਿਆ ਸਵਾਏ ਗਾਂਧੀ ਪਰਿਵਾਰ ਨੂੰ ਬਚਾਉਣ ਦੇ ਚੱਕਰ ਤੁਸੀਂ ਪਾਰਟੀ ਡੋਬ ਲਈ ਹੈਗੀ ਆ ਪੰਜਾਬ ਦੇ ਵਿੱਚ ਵੀ ਇਹ ਸਥਿਤੀ ਹੈਗੀ ਆ ਜਿੱਦੋਂ ਤੁਸੀਂ ਸਮਝੌਤਿਆਂ ਦੇ ਨਾਲ ਚੱਲ ਰਹੇ ਹੋ ਜਦੋਂ ਤੁਸੀਂ ਫਾਈਲਾਂ ਖੁੱਲਣ ਤੋਂ ਡਰਦੇ ਹੋ ਤੇ ਫਿਰ ਇਦਾਂ ਹੀ ਹੁੰਦਾ ਹਸ਼ਰ ਹੋਏਗਾ ਮਨਪ੍ਰੀਤ ਸਿੰਘ ਬਾਦਲ ਚਲਾ ਗਿਆ ਤੁਸੀਂ ਮਨੋਦੇ ਤੇ ਹੈ ਨਹੀਂ ਤੁਸੀਂ ਕਹਿੰਦੇ ਜਾਓ ਨਵੇਂਆਂ ਦੇ ਨਾਲ ਨਹੀਂ ਪਾਰਟੀ ਚੱਲਦੀ ਹੈਗੀ ਤੁਹਾਡਾ ਪਾਰਟੀ ਦੇ ਵਿੱਚ ਸਿਆਣੇ ਵੀ ਚਾਹੀਦੇ ਨੇ ਤੇ ਨਵੇਂ ਵੀ ਚਾਹੀਦੇ ਜੋਸ਼ ਔਰ ਹੋਸ਼ ਦਾ ਇਸ ਟਾਈਮ ਪਾਰਟੀ ਹੋਸ਼ ਨਾਲ ਨਹੀਂ ਚੱਲ ਰਹੀ ਜੋਸ਼ ਨਾਲ ਚੱਲ ਰਹੀ ਹੈਗੀ ਆ ਔਰ ਅਗਰ ਸੰਦੀਪ ਜਾਖੜ ਪਾਰਟੀ ਐਕਟੀਵਿਟੀ ਦੇ ਖਿਲਾਫ ਆ ਤੇ ਤੁਸੀਂ ਸਸਪੈਂਡ ਕਰ ਦਿੱਤਾ ਹੈਗਾ ਪਰੀਤਕੌਰ ਨੇ ਨੋਟਿਸ ਕੱਢ ਕੇ ਦਿਖਾ ਉਹਨੇ ਤੇ ਚੈਲੰਜ ਕੀਤਾ ਕੱਢਿਆ ਕਿਉਂ ਨਹੀਂ ਰਾਜਾ ਮਰਿੰਦਰ ਸਿੰਘ ਵੜਿੰਗੜ ਨੇ ਨੋਟਿਸ ਕਿਉਂ ਨਹੀਂ ਕੱਢਿਆ ਚਾਹੇ ਪਾਰਟੀ ਦਾ ਕੋਈ ਐਮਐਲਏ ਚਾ ਐਮਪੀ ਆ ਕੀ ਰਾਜਾ ਮਰਿੰਦਰ ਸਿੰਘ ਵੜਿੰਗੜ ਨੇ ਪਰੀਤਕੌਰ ਦੀ ਸ਼ਿਕਾਇਤ ਕੀਤੀ ਉਕਰਨ ਤੇ ਲੈਣ ਹਾਈ ਕਮਾਂਡ ਫੈਸਲਾ ਜੇ ਕੀਤੀ ਤਾਂ ਫਿਰ ਇਹਦਾ ਮਤਲਬ ਚੱਲੀ ਨਹੀਂ ਹਾਈ ਕਮਾਂਡ ਦੇ ਅੱਗੇ ਕੋਈ ਫੈਸਲਾ ਉਹਨਾਂ ਨੇ ਲੈਣਾ ਬਿਲਕੁਲ ਕਰਕੇ ਨਹੀਂ ਉਹਨਾਂ ਦੇ ਚੱਲੇ ਉਹਨਾਂ ਦੇ ਸਾਹਮਣੇ ਤਾਂ ਕਿਸੇ ਦੀ ਵੀ ਨਹੀਂ ਚੱਲਦੀ ਨਾ ਉਹਨਾਂ ਨੂੰ ਲੱਗਾ ਕਿ ਚਲੋ ਇਹਨੂੰ ਕੈਪਟਨ ਮਿਰਿੰਦਰ ਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਕੀਤਾ ਨਹੀਂ ਪ੍ਰਨੀਤ ਕੌਰ ਨੂੰ ਕੀਤਾ ਨੇ ਕਿਉਂਕਿ ਪ੍ਰਨੀਤ ਕੌਰ ਨੂੰ ਲੱਗਦਾ ਕਿ ਉਹਦੇ ਨਾਲ ਬਹੁਤ ਅੱਛੇ ਸਬੰਧ ਨੇ ਸੋਨੀਆ ਗਾਂਧੀ ਮੈਡਮ ਦੇ ਨਾਲ ਤੇ ਸੋਨੀਆ ਗਾਂਧੀ ਦੇ ਅੱਗੇ ਕੌਣ ਬੋਲ ਸਕਦਾ ਹੈ ਕਿ ਨਾ ਪੰਜਾਬ ਚ ਕੋਈ ਡਾ ਬੋਲੂਗਾ ਇਨਨ ਦੇ ਕਿਸੇ ਜੀ ਵੀ ਹਿੰਮਤ ਨਹੀਂ ਹੈਗੀ ਕਿ ਗਾਂਧੀ ਪਰਿਵਾਰ ਦੇ ਖਿਲਾਫ ਬੋਲਣ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਚਾਰ ਦੋਚ ਲਾਏ ਨੇ ਸੰਦੀਪ ਜਾਖੜ ਦੇ ਖਿਲਾਫ ਇੱਕ ਜੀ ਤੁਸੀਂ ਆਪਣੇ ਅੰਕਲ ਦੀ ਮਦਦ ਕਰ ਦਿਓ ਤੇ ਫਿਰ ਤੇ ਪ੍ਰਨੀਤ ਕੌਰ ਕੈਪਟਨ ਮਿਰਿੰਦਰ ਸਿੰਘ ਦੀ ਮਦਦ ਕਰ ਰਹੇ ਨੇ ਪਤੇ ਜੰਗ ਸਿੰਘ ਬਾਯੋ ਪ੍ਰਤਾਪ ਸਿੰਘ ਬਾਯੋ ਦੋਨੇ ਪਾਰਟੀ ਨਾਲ ਉਹਨਾਂ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਦੇ ਪਰ ਇੱਕ ਦੂਜੇ ਦੀ ਪਾਰਟੀ ਖਿਲਾਫ ਤੇ ਬੋਲਦੇ ਨੇ ਤੁਸੀਂ ਜੀ ਤੁਹਾਡੇ ਘਰ ਦੇ ਵਿੱਚ ਬੀਜੇਪੀ ਦਾ ਝੰਡਾ ਲਹਿਰਾ ਰਿਆ ਇਦਾਂ ਤੇ ਇੱਕ ਪਟਿਆਲਾ ਮਹਿਲ ਦੇ ਵਿੱਚ ਵੀ ਤੇ ਸ਼ਾਈ ਮਹਿਲ ਦੇ ਜਿਹੜਾ ਨਵਾਂ ਨਿਊ ਚੰਡੀਗੜ੍ਹ ਦੇ ਵਿੱਚ ਬਣਾਇਆ ਉੱਥੇ ਵੀ ਝੰਡਾ ਬੀਜੇਪੀ ਦਾ ਹੀ ਹੋਵੇਗਾ ਹੋਰਾਂ ਦੇ ਘਰ ਵੀ ਹੈਗੇ ਨੇ ਤੀਜਾ ਜੀ ਤੁਸੀਂ ਭਾਰਤ ਜੋੜੋ ਯਾਤਰਾ ਦੇ ਵਿੱਚ ਆਏ ਨਹੀਂ ਕਾਂਗਰਸ ਦੇ ਬਹੁਤੇ ਐਮਪੀ ਨਹੀਂ ਸੀ ਗਏ ਹੈਗੇ ਉਹ ਵੀ ਆਪਣੇ ਆਪ ਨੂੰ ਕਿਨਾਰਾ ਕਰਕੇ ਕਈਆਂ 'ਚ ਇਹਨੂੰ ਕਮੇਟੀਆਂ 'ਚ ਨਹੀਂ ਪਾਇਆ ਅਨੂ ਸੁਖਪਾਲ ਖੈਰੇ ਨੂੰ ਨਹੀਂ ਕਮੇਟੀ ਚ ਪਾਇਆ ਗਿਆ ਹੋਰ ਵੀ ਦੋ ਐਮਪੀ ਹੈਗੇ ਉਹ ਵੀ ਕਿਨਾਰਾ ਕਰ ਗਏ ਸੀ ਤੀਜਾ ਜੀ ਤੁਸੀਂ ਜਿਹੜਾ ਇਹ ਪ੍ਰਧਾਨ ਦੇ ਖਿਲਾਫ ਬੋਲਦੇ ਨੇ ਪ੍ਰਧਾਨ ਦੇ ਖਿਲਾਫ ਤੇ ਬਹੁਤ ਸਾਰੇ ਬੋਲਦੇ ਨੇ ਮਤਲਬ ਪਾਰਟੀ ਨੂੰ ਬੰਦੇ ਨਹੀਂ ਚਾਹੀਦੇ ਹੈਗੇ ਪਾਰਟੀ ਨੂੰ ਐਮਐਲਏ ਨਹੀਂ ਚਾਹੀਦੇ ਕਿਉਂਦੇ ਨੇ ਕੋਈ ਕੀ ਲੋੜ ਹੁਣ ਕੀ ਹੈ ਪ੍ਰਨੀਤਕਾ ਔਰ ਐਮਪੀ ਨੇ ਹੁਣ ਐਮਪੀ ਇਸ ਕਰਕੇ ਕਿ ਕੱਲ ਨੂੰ ਉੱਥੇ ਲੋੜ ਪੈ ਗਈ ਤੇ ਤਾਂ ਇੱਥੇ ਤੇ ਕੋਈ ਪਤਾ ਵੀ ਜੇ 18 ਦੇ 17 ਰਹਿ ਜਾਣ ਜਾਂ 18 ਦੇ 19 ਰਹਿ ਜੇ ਕੋਈ ਫਾਇਦਾ ਨਹੀਂ ਹੋਣਾ ਦਿੱਖਿਆ ਉੱਥੇ ਸ਼ਾਇਦ ਇਹਨਾਂ ਨੂੰ ਲੱਗਦਾ ਹੋਊਗਾ ਕਿ ਐਮਪੀ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਐਮਪੀ ਤੋਂ ਵੱਡਾ ਕੀ ਆ ਉਹਨਾਂ ਦੀ ਗਾਂਧੀ ਪਰਿਵਾਰ ਦੀ ਬਹੁਤ ਜ਼ਿਆਦਾ ਯਾਰੀ ਹੈ ਦੋਸਤੀ ਹੈ ਪੁਰਾਣੀ ਹੈ ਰਜੀਵ ਗਾਂਧੀ ਦੇ ਤੋਂ ਲੈ ਕੇ ਵਿਆਹ ਦੇ ਚੱਕਰ ਤੋਂ ਲੈ ਕੇ ਇਸ ਕਰਕੇ ਪਰ ਇਹ ਸਵਾਲ ਹੈ ਕਿ ਕਾਂਗਰਸ ਪਾਰਟੀ ਆਪਣੀਆਂ ਗਲਤੀਆਂ ਤੋਂ ਸਿੱਖਣੀ ਅੱਧੇ ਦੇਖੋ ਤੁਸੀਂ ਇਹ ਦੇਖੋ ਜਦੋਂ ਇਹ ਸਮਝੌਤੇ ਦੀ ਗੱਲ ਹੋ ਗਈ ਅੱਧਿਆਂ ਨੇ ਤੇ ਫੈਲਾ ਕਰਕੇ ਸਮਝੌਤਾ ਗਿਆ ਜਿੱਦਣ ਗੱਠ ਜੋੜ ਦੀਆਂ ਗੱਲਾਂ ਹੋ ਰਹੀਆਂ ਜਿਨ੍ਹਾਂ ਨੂੰ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੇਲਿਆਂ ਦੇ ਵਿੱਚ ਅਮਰੂਦਾਂ ਨੂੰ ਕੌਣ ਪੁੱਛਦਾ ਇਹ ਸਾਰੇ ਜਿਹੜੇ ਅਮਰੂਦ ਆ ਕਈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਭਾਜਪੀ ਦੇ ਜਾਣ ਨੂੰ ਜਾਣਗੇ ਤੇ ਕਈ ਆਮ ਆਦੀ ਪਾਰਟੀ ਦੇ ਜਾਣਗੇ ਇਹ ਦੇਖੋ ਅਮਰੂਦ ਕਿਵੇਂ ਇੱਕ ਅਮਰੂਦ ਨੇ ਇੱਕ ਕੱਚੇ ਹੁੰਦੇ ਇੱਕ ਪੱਕੇ ਹੁੰਦੇ ਕਈ ਅਮਰੂਦ ਲਾਲ ਵੀ ਹੁੰਦੇ ਵਿੱਚੋਂ ਇਹ ਸਾਰੇ ਕੱਚੇ ਪੱਕੇ ਲਾਲ ਪੀਲੇ ਦੇ ਵੇਖੀ ਕਿਵੇਂ ਭੱਜਦੇ ਆਗੇ ਨੇ ਕਾਂਗਰਸ ਨਵੀਂ ਤੋਂ ਬਣੂਗੀ ਲਾਗੇ ਜਿਵੇਂ ਮਮਤਾ ਬੇਨਰਜੀ ਨੇ ਨਵੀਂ ਬਣਾਲੀ ਸੀ ਆਂਧਰਾ ਪ੍ਰਦੇਸ਼ ਵਾਲਿਆਂ ਨੇ ਨਵੀਂ ਬਣਾਲੀ ਸੀ ਕਰਨਾਟਕ ਵਾਲਿਆਂ ਨੇ ਨਵੀਂ ਬਣਾਨੀ ਇਹ ਇਦਾਂ ਨਵੀਂ ਬਣੂਗੀ ਚਾਰੇ ਪਾਸੇ ਨਵੀਂ ਬਣੇਗੀ ਹੁਣ ਦੂਜਾ ਸਵਾਲ ਇਹ ਕਿ ਪਰ ਭਗਵੰਤ ਮਾਨ ਸਾਹਿਬ ਦੇ ਅੱਗੇ ਕਹਿ ਰਹੇ ਸੀ ਖਾਸ ਕਰਕੇ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਬਹੁਤ ਟੀਚਰ ਕਰਦੇ ਕਿਉਂਕਿ ਟੀਚਰਾਂ ਪ੍ਰਤਾਪ ਸਿੰਘ ਬਾਜਵਾ ਵੀ ਬਹੁ ਕਰਦੇ ਗੱਲ ਉਹਨਾਂ ਨੂੰ ਵੀ ਬੜੀ ਫੱਬਦੀ ਹੈਗੀ ਆ ਤੇ ਗੱਲ ਭਗਵੰਤ ਮਾਨ ਨੂੰ ਵੀ ਬੜੀ ਫੱਬਦੀ ਉਹ ਕਹਿੰਦੇ ਭਰਾਓ ਇਹ ਕੀ ਆ ਚਾਰ ਪੌੜੀਆਂ ਕਿਤੇ ਉੱਪਰ ਚਲੇ ਜਾਓ ਨਾ ਪਹਿਲਾਂ ਕਾਂਗਰਸ ਪਾਰਟੀ ਦਾ ਚਾਰ ਪੌੜੀਆਂ ਜਾਓ ਪਤਾ ਨਹੀਂ ਤੁਸੀਂ ਕਿਹੜੇ ਵੇਲੇ ਭਾਜਪਾ ਚ ਸ਼ਾਮਲ ਹੋਗੇ ਨਾ ਉਹਨਾਂ ਦੇ ਘਰ ਵੀ ਝੰਡਾ ਇੱਕ ਪਾਸੇ ਕਾਂਗਰਸ ਦਾ ਇੱਕ ਪਾਸੇ ਭਾਜਪਾ ਦਾ ਪਰ ਇੰਡੀਆ ਦੇ ਵਿੱਚ ਆਪਾਂ ਗੱਲ ਕੀਤੀ ਜਾਵੇ ਹਰ ਘਰ ਦੇ ਵਿੱਚ ਜਿਹੜੇ ਪੋਲਿਟਿਕਸ ਕਰ ਰਹੇ ਨੇ ਉਹਨਾਂ ਦੇ ਵਿੱਚ ਇਦਾਂ ਹੀ ਕਿ ਇੱਕ ਪਰਿਵਾਰ ਬੀਜੇਪੀ ਚ ਇੱਕ ਪਰਿਵਾਰ ਕਾਂਗਰਸ ਦੇ ਵਿੱਚ ਹੈ ਇੱਥੇ ਵੀ ਇੱਕ ਪਰਿਵਾਰ ਕਾਲੀ ਦਲ ਦੇ ਵਿੱਚ ਹੁੰਦਾ ਹੈ ਇੱਕ ਇੱਥੇ ਬੀਜੇਪੀ ਦੇ ਦੋ ਲੀਡਰ ਦੇ ਪਿਓ ਪੁੱਤ ਚੌਧਰੀ ਸਵਰਨਾਰਾਮ ਉਹ ਬੀਜੇਪੀ ਦੇ ਐਮਐਲਏ ਹੁੰਦੇ ਸੀ ਉਹਦਾ ਮੁੰਡਾ ਮੋਹਨ ਲਾਲ ਬੰਗਾ ਉਹ ਕਾਂਗਰਸ ਤੋਂ ਐਮਐਲਏ ਹੁੰਦਾ ਸੀ ਮਤਲਬ ਇਹ ਪੋਲੀਟੀਕਲ ਪਾਰਟੀਆਂ ਹੈ ਕਿ ਹਰ ਪਾਸੇ ਰੱਖੋ ਪੈਰ ਪਸਾ ਕੇ ਰੱਖੋ ਜਿੱਧਰ ਮਰਜ਼ੀ ਚਲੇ ਜੋ ਇਹ ਸਵਾਲ ਹੈ ਲੇਕਿਨ ਇਹ ਸਵਾਲ ਇਹ ਜਿੱਥੇ ਇੰਡੀਆ ਲੈਵਲ ਦੀ ਆਪਾਂ ਗੱਲ ਕਰਦੇ ਪਰ ਪੰਜਾਬ ਦੇ ਵਿੱਚ ਇਸ ਟਾਈਮ ਕਾਂਗਰਸ ਪਾਰਟੀ ਜਿਹੜੀ ਉਸ ਮੋੜ ਤੇ ਆ ਕਿ ਜਿੱਦਣ ਬੀਜੇਪ ਉਹਦਾ ਆਮ ਆਦੀ ਪਾਰਟੀ ਦੇ ਨਾਲ ਗੱਠ ਜੁੜ ਹੋ ਗਿਆ 13 ਪੰਜਾਬ ਦੀਆਂ 14ਵੀਂ ਚੰਡੀਗੜ੍ਹ ਦੀ ਉਸ ਦਿਨ ਪੰਜਾਬ ਚ ਕਾਂਗਰਸ ਪਾਰਟੀ ਖਤਮ ਉਦੋਂ ਲੋਕਾਂ ਨੇ ਆਮ ਆਦਮੀ ਪਾਰਟੀ ਜਾਇਨਾ ਕਿਉਂਕਿ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਐ ਇਸ ਟਾਈਮ ਪੰਜਾਬ 'ਚ ਚੜਦਾ ਸੂਰਜ ਕੌਣ ਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਭਗਵੰਤ ਮਾਨ ਨੂੰ ਸਲੂਟ ਵਜ ਰਹੇ ਨੇ ਸਲਾਮਾਂ ਵਜ ਰਹੀਆਂ ਤੇ ਇਹ ਤੇ ਪਤਾ ਲੱਗਾ ਗਿਆ ਕਿ ਇਹ ਕਹਿੰਦੇ ਕਿ ਸਾਨੂੰ ਘੱਟੋ ਘੱਟ 8 ਸੀਟਾਂ ਚਾਹੀਦੀਆਂ 6 ਤੁਸੀਂ ਲੈ ਲਓ ਉਹ ਕਹਿੰਦੇ ਕਿ ਸਾਡਾ ਹੱਕ ਬੰਦ ਹੈ ਦਿੱਲੀ ਵੀ ਸਾਡੀ ਸਰਕਾਰ 3 ਸਾਲ ਤੋਂ ਇੱਥੇ ਵੀ ਸਾਡੀ ਸਰਕਾਰ ਸਾਡੇ 92 92 ਦੀ ਰੇਸ਼ੋ ਕੱਢ ਲਓ ਤੇ 18 ਦੀ ਰੇਸ਼ੋ ਕੱਢ ਲਓ ਤੇ ਇਹਨਾਂ ਦੇ ਕਾਂਗਰਸ ਪਾਰਟੀ ਝੁੰਗਾ ਵੀ ਨਹੀਂ ਬਚਣਾ ਹੈਗਾ ਨਾ ਜੀ ਇਹਨਾਂ ਦੇ ਮਾਤ ਤਿੰਨ ਚਾਰ ਸੀਟਾਂ ਹੀ ਆਣੀਆਂ ਤੇ ਉਹਦੇ ਇੱਥੇ ਵੀ ਹੈ ਤੇ ਜਿੱਦਨ ਆਪ ਦਾ ਤੇ ਕਾਂਗਰਸ ਪਾਰਟੀ ਦਾ ਗੱਠ ਜੁੜ ਹੋ ਗਿਆ ਉਸ ਦਿਨ ਮਤਲਬ ਕਾਂਗਰਸ ਪਾਰਟੀ ਨੇ ਆਤਮ ਹੱਤਿਆ ਕਰ ਲਈ ਪੰਜਾਬ ਦੇ ਵਿੱਚ ਜਿਵੇਂ ਦਿੱਲੀ ਦੇ ਵਿੱਚ ਕੀਤੀ ਜਿਵੇਂ ਯੂਪੀ ਦੇ ਵਿੱਚ ਕੀਤੀ ਬਿਆਰ ਦੇ ਵਿੱਚ ਕੀਤੀ ਓਡੀਸ਼ਾ ਦੇ ਵਿੱਚ ਕੀਤੀ ਆਂਧਰਾ ਪ੍ਰਦੇਸ਼ ਦੇ ਵਿੱਚ ਕੀਤੀ ਕੇਰਲਾ ਦੇ ਵਿੱਚ ਕੀਤੀ ਪੱਛਮੀ ਬੰਗਾਲ ਦੇ ਵਿੱਚ ਕੀਤੀ ਨਹੀਂ ਤੇ ਸਾਰੇ ਪਾਸੇ ਕਾਂਗਰਸ ਦਾ ਝੰਡਾ ਹੀ ਲਰਾਉਂਦੇ ਅੱਜ ਕੱਲ ਕਿਥੇ ਕਾਂਗਰਸ ਦਾ ਝੰਡਾ ਲੱਭਦਾ ਨਹੀਂ ਤੁਸੀਂ ਆ ਜਿਹੜੀਆਂ 2019 ਵਾਲੀਆਂ ਲੋਕ ਸਭਾ ਚੋਣਾਂ ਮਹਾਰਾਸ਼ਟਰ ਤੋਂ ਲੈ ਕੇ ਪੰਜਾਬ ਆਜੋ ਕਿੰਨੇ ਸਟੇਟ ਆਂਦੇ ਹੈਗੇ ਨੇ 8 ਐਮਪੀ ਨੇ ਉਹ 8 ਪੰਜਾਬ ਤੋਂ ਸੀ ਬਾਕੀ ਹੈ ਨਹੀਂ ਸੀ ਤੇ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੂੰ ਖੜੇ ਕਰਦੀ ਕਰਦੀ ਆਪ ਡੁੱਬ ਗਈ ਹੈਗੀ ਤੁਸੀਂ ਦੇਖੋ ਜਿਸ ਪਾਰਟੀ ਨੂੰ ਅਜਿਹੇ ਆਪੋਜੀਸ਼ਨ ਦੇ ਵਿੱਚ ਲੀਡਰ ਬਣਾਉਣੇ ਪਏ ਨੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਹੈਗਾ ਉਹ ਜਿਹੜੇ ਰਜੀਵ ਰੰਜਨ ਚੌਧਰੀ ਆ ਉਹ ਕਦੀ ਰਾਸ਼ਪਤੀ ਮੈਡਮ ਨੂੰ ਗਲਤ ਬੋਲ ਜਾਂਦੇ ਹੈਗੇ ਨੇ ਹੁਣ ਫੇਰ ਬੋਲ ਗਏ ਨੇ ਉੱਥੇ ਜਾਣਬੁੱਝ ਕੇ ਇਹੋ ਜਿਹੇ ਬੰਦੇ ਐ ਐਲੋਪੀ ਬਣਾਏ ਜਾਂਦੇ ਨੇ ਜਿਹੜੇ ਰਾਹੁਲ ਗਾਂਧੀ ਤੋਂ ਡਾਊਨ ਰਹਿਣ ਉੱਪਰ ਨਾ ਬਣ ਕਿਉਂ ਨਹੀਂ ਉੱਥੇ ਵੱਡੇ ਵੱਡੇ ਮੰਨ ਲਓ ਜਿਹੜੇ ਉਹ ਕਿਹੜੇ ਹੈਗੇ ਨੇ शशि थरूर ਵਰਗੇ ਕਿਉਂ ਨਹੀਂ ਲਾਉਂਦੇ ਹੈਗੇ ਨਹੀਂ ਜਦੋਂ शशि थरूर ਨੇ ਪਾਰਲੀਮੈਂਟ 'ਚ ਬੋਲਣਾ ਸ਼ੁਰੂ ਕੀਤਾ ਹੈ ਜੋ ਆਪੋਜੀਸ਼ਨ ਲੀਡਰ ਲੋਕਾਂ ਨੇ ਸ਼ਸ਼ੀ थरूर ਨੂੰ ਸੁਣਨਾ ਰਾਹੁਲ ਗਾਂਧੀ ਨੂੰ ਕਿੰਨੇ ਸੁਣਨਾ ਉਹਤੇ ਕਦੀ ਮਲਕਰ ਜੇ ਖੜਗੇ ਲਾ ਦੇਣੇ ਕਦੀ ਰਜੀਵ ਰੰਜਨ ਚੌਧਰੀ ਲਾ ਦੇ ਇਹ ਕਾਂਗਰਸ ਇਸ ਕਰਕੇ ਜਿੱਦਾਂ ਦੇ ਕਾਂਗਰਸ ਦੇ ਹਾਲਾਤ ਨੇ ਕੱਲ ਨੂੰ ਹੋਰ ਵੀ ਛੱਡ ਕੇ ਚਲੇ ਜਾਣਾ ਇਹਦੇ ਫਾਈਲਾਂ ਹਲੇ ਤੇ ਜਿਸ ਦਿਨ ਭਗਵੰਤ ਮਾਨ ਨੇ ਢਿਬਰੀ ਟਾਈਟ ਕੀਤੀ ਜਾਂ ਬੀਜੇਪੀ ਨੇ ਢਿਬਰੀ ਟਾਈਟ ਕੀਤੀਗੀ ਕਾਂਗਰਸ ਦੇ 18 ਚੋਂ ਮਿਲਦਾ ਪੰਜ-ਸੱਤ ਤੇ ਰਹਿ ਜਾਣਾ ਹੈ ਕਿ ਨਹੀਂ ਬਾਕੀ ਸਾਰੇ ਭੱਜ ਜਾਣੇ ਹੈਗੇ ਤੇ ਜਿੱਦਨ ਇਹ ਹਰ ਹੀ ਹੋਲੀ ਸਮਝੌਤੇ ਵਾਲੀਆਂ ਗੱਲਾਂ ਹੋ ਗਈਆਂ ਤੇ ਕਾਂਗਰਸ ਕੋਲ ਕੁਝ ਵੀ ਨਹੀਂ ਰਹਿਣਾਗਾ ਖਾਲੀ ਹੋ ਜੂਗੀ ਕਾਂਗਰਸ ਜਿਵੇਂ ਦਿੱਲੀ ਚ ਹੋਈ ਜਾਂ ਬਾਕੀ ਸਟੇਟਾਂ ਦੇ ਵਿੱਚ ਹੋਈ ਜੀ ਬਹੁਤ ਸ਼ੁਕਰੀਆ ਤਾਂ ਸੰਦੀਪ ਜਾਖੜ ਕਾਂਗਰਸ ਦੇ ਐਮਐਲਏ ਅਬੋਰ ਹਲਕੇ ਤੋਂ ਸਸਪੈਂਡ ਪਾਰਟੀ ਚੋਂ ਕੀਤਾ ਗਿਆ ਇਸ ਕਰਕੇ ਕਿ ਪਾਰਟੀ ਵਿਰੋਧੀ ਉਹ ਗਤੀਵਿਧੀਆਂ ਕਰਦੇ ਸੀ ਪ੍ਰਧਾਨ ਦੇ ਖਿਲਾਫ ਬੋਲਦੇ ਸੀ ਤੁਸੀਂ ਇਸ ਮਸਲੇ ਦੇ ਉੱਤੇ ਕਾਂਗਰਸ ਪਾਰਟੀ ਨੇ ਜਿਹੜਾ ਡਿਸੀਜਨ ਲਿਆ ਕੀ ਸੋਚਦੇ ਹੋ ਆਪਣੀ ਰਾਏ ਜ਼ਰੂਰ ਸਾਂਝੀ ਕਰ ਸਕਦੇ ਹੋ ਇਸ ਚਰਚਾ ਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ